ਕਿਹਦੇ ਨਾਲ ਸੈਟਿੰਗ ਹੋਈ ਹੋਏਗੀ ਉਹਨਾਂ ਦੀ? ਕੈਪਟਨ ਸਾਹਿਬ ਦੀ ਸੈਟਿੰਗ ਉਹਨਾਂ ਦੇ ਨਾਲ 2017 ਦੀ ਹੋਈ। ਲੱਗਦਾ ਇੰਨਾ ਸੌਖਾ ਨਹੀਂ ਸੀਗਾ ਕਿ ਬਾਦਲ ਪਰਿਵਾਰ ਲਈ ਜਾਂ ਸ਼੍ਰੋਮਣੀ ਅਕਾਲੀ ਦਲ ਲਈ ਵੀ ਬੀਜੇਪੀ ਛੱਡਣਾ। ਮੈਨੂੰ ਲੱਗਦਾ ਤੁਸੀਂ ਵੀ ਸਮਝਾਇਆ ਹੋਏਗਾ, ਦੱਸਿਆ ਹੋਏਗਾ ਕਿ ਕੀ ਕਿਸ ਤਰ੍ਹਾਂ ਨੁਕਸਾਨ ਹੋ ਸਕਦਾ ਹੈ, ਬੀਜੇਪੀ ਨੂੰ ਛੱਡਣਾ ਹੀ ਪਏਗਾ। ਤੁਹਾਡੀ ਭੂਮਿਕਾ ਕੀ ਰਹੀ? ਦੇਖੋ, ਅਸੀਂ ਨਹੀਂ ਜਾਣਦੇ ਸੀ ਅਸੀਂ ਸਦੀ 25 ਸਾਲ ਦੀ ਅਲਾਇੰਸ ਪਾਰਟਨਰ ਵਾਜਪਾਈ ਜੀ ਨਾਲ ਕਿੰਨੇ ਵਧੀਆ ਰਿਸ਼ਤੇ ਸੀ ਸਾਡੇ। ਅਸੀਂ ਬਿਲਕੁਲ ਨਹੀਂ ਛੱਡਣਾ ਸੀ, ਲੇਕਿਨ ਤੁਸੀਂ ਮੈਨੂੰ ਦੱਸੋ ਸਾਡੇ ਕੋਲ ਚਾਰਾ ਕੀ ਸੀ? 25 ਸਾਲ ਪੁਰਾਣੇ ਅਲਾਇੰਸ ਨੂੰ ਅੱਜ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਜਾਂ ਤੁਸੀਂ ਵੱਡੇ ਨੇਤਾ ਅਕਾਲੀ ਦਲ ਦੇ ਮਿਸ ਕਰ ਰਹੇ ਨੇ ਬੀਜੇਪੀ ਨੂੰ ਅੱਜ ਪੰਜਾਬ 'ਚ? ਉਹ ਮੈਂ ਕਹੂੰ ਜਿਸ ਤਰ੍ਹਾਂ ਬੜਾ ਸਾਫ਼ ਸਾਫ਼ ਦੱਸਿਆ, ਅਕਾਲੀ ਦਲ ਅਤੇ ਬਾਦਲ ਸਾਹਿਬ ਜਿਸਦਾ ਵੀ ਹੱਥ ਫੜਦਾ ਫਿਰ ਛੱਡਦਾ ਨਹੀਂ। ਹੁਣ ਸਾਡਾ ਸਮਝੌਤਾ BSP ਨਾਲ ਹੋ ਗਿਆ। ਕੇਜਰੀਵਾਲ ਜੀ ਤਾਂ ਦਿੱਲੀ ਬੈਠੇ ਨੇ, ਉੱਥੋਂ ਡੋਰ ਖਿੱਚਣਾ ਚਾਹੁੰਦੇ ਨੇ। ਪੰਜਾਬੀ ਮੰਗਦਾ ਹੈ ਪੰਜਾਬੀ ਸਰਕਾਰ, ਪੰਜਾਬ ਦੀ ਸਰਕਾਰ ਜਿਹੜੀ ਪੰਜਾਬ ਦੇ ਹਿੱਤਾਂ ਦਾ ਸੋਚ ਸਕੇ, ਇੱਕ ਸਟਰੋਂਗ ਸਰਕਾਰ। ਇਹ ਇਲਜ਼ਾਮ ਤੁਹਾਡੇ 'ਤੇ ਵੀ ਤਾਂ ਲੱਗਦੇ ਰਹੇ, ਤੁਹਾਡੀ ਪਾਰਟੀ ਦੇ ਸੀਨੀਅਰ ਲੀਡਰ ਚਾਹੇ ਉਹ ਬ੍ਰਹਮਪੁਰਾ ਸਾਹਿਬ ਹੋਣ ਚਾਹੇ ਉਹ ਢੀਂਡਸਾ ਸਾਹਿਬ ਹੋਣ, 2017 ਤੋਂ ਬਾਅਦ ਉਹ ਹੁਣ ਉਹ ਵੀ ਤੁਹਾਡੇ ਨਾਲ ਨਹੀਂ ਹੈਗੇ, 2022 'ਚ ਉਹ ਵੀ ਤੁਹਾਡੇ ਨਾਲ ਨਹੀਂ ਹੋਣਗੇ। ਉਹ ਇਲਜ਼ਾਮ ਇਹ ਵੀ ਲਾਉਂਦੇ ਰਹੇ ਕਿ ਬਾਦਲ ਪਰਿਵਾਰ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਚਲਾਉਂਦਾ। ਬੇਸ਼ੱਕ ਤੁਸੀਂ ਦਿੱਲੀ ਵਾਲਿਆਂ ਦੀ ਗੱਲ ਕਰ ਰਹੇ ਹੋ, ਤੁਹਾਡੇ 'ਤੇ ਇਲਜ਼ਾਮ ਲੱਗਦੇ ਰਹੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਪਾਰਟੀ ਹੈ ਉਹ ਸਿਰਫ ਲੰਬੀ ਤੋਂ ਚੱਲ ਰਹੀ ਹੈ, ਬਾਦਲ ਤੋਂ ਚੱਲ ਰਹੀ ਹੈ, ਬਾਦਲ ਪਰਿਵਾਰ ਹੀ ਚਲਾ ਰਿਹਾ। ਨਰੇਸ਼ ਗੁਜਰਾਲ ਪੰਜਾਬ ਦੀ ਰਾਜਨੀਤੀ 'ਚ ਵਾਪਸੀ ਕਰ ਰਹੇ ਨੇ। ਮੈਂ ਕਦੀ ਵੀ ਪੰਜਾਬ ਦੀ ਰਾਜਨੀਤੀ ਵਿੱਚ ਨਹੀਂ ਸੀ, ਮੈਂ ਹਮੇਸ਼ਾ ਪਾਰਟੀ ਦਾ ਦਿੱਲੀ ਵਿੱਚ ਨੁਮਾਇੰਦਾ ਸੀ, ਉਹ ਰੋਲ ਮੇਰਾ ਹੁਣ ਵੀ ਰਹੇਗਾ। ਚੈਲੰਜ ਬੜਾ ਵੱਡਾ ਹੈ ਸ਼੍ਰੋਮਣੀ ਅਕਾਲੀ ਦਲ ਲਈ, BJP ਤੋਂ ਅੱਡ ਹੋ ਕੇ ਤੁਸੀਂ ਮੈਦਾਨ 'ਚ ਜਾਣਾ, ਬੇਸ਼ੱਕ BSP ਦੇ ਨਾਲ ਜਾ ਰਹੇ ਹੋ, ਕਾਂਗਰਸ ਨੇ ਐਨ ਮੌਕੇ 'ਤੇ ਆ ਕੇ ਆਖਰੀ ਓਵਰ 'ਚ ਜਿਹੜਾ ਛੱਕਾ ਮਾਰਿਆ, ਉਹਦੇ ਨਾਲ ਫਿਰ ਤੁਸੀਂ ਹੁਣ ਆਪਣੇ ਵਿਕਟਾਂ ਕਿਵੇਂ ਡਗਾਓਗੇ? ਜਿਹੜਾ ਬੋਲਿੰਗ ਤੁਸੀਂ ਕਰ ਰਹੇ ਹੋ, ਕਿਵੇਂ ਆਪਣੇ ਆਪ ਨੂੰ ਵਾਪਸ ਲੈ ਕੇ ਆਓਗੇ? ਹੁਣ ਕੀ ਰਣਨੀਤੀ ਹੈ ਤੁਹਾਡੀ?